ਇੱਕ ਟਿੱਪਰ ਨੇ ਖੜੀ ਗੱਡੀ ਦੇ ਵਿੱਚ ਟੱਕਰ ਮਾਰ ਦਿੱਤੀ। ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਕ ਸੜਕ ਕਿਨਾਰੇ ਤੇ ਗੱਡੀ ਖੜੀ ਹੈ, ਬੋਨਟ ਚੁੱਕਿਆ ਹੋਇਆ ਏ ਤੇ ਕਈ ਬੰਦੇ ਉਸ ਗੱਡੀ ਦੇ ਆਲੇ ਦੁਆਲੇ ਖੜੇ ਨੇ ਤੇ ਥੋੜੀ ਦੂਰ ਤੋਂ ਇੱਕ ਟਿੱਪਰ ਆ ਰਿਹਾ ਏ। ਲੋਡਡ ਟਿੱਪਰ ਹੈ ਤੇ ਉਹ ਗੱਡੀ ਵੱਲ ਆ ਰਿਹਾ। ਇੱਕ ਵਿਅਕਤੀ ਉਸ ਨੂੰ ਰੁਕਣ ਦਾ ਇਸ਼ਾਰਾ ਵੀ ਕਰਦਾ ਪਰ ਉਹ ਰੁਕਣ ਦੀ ਬਜਾਏ ਸਿੱਧਾ ਇਸ ਗੱਡੀ ਦੇ ਵਿੱਚ ਹੀ ਟੱਕਰ ਮਾਰਦਾ ਏ ਤੇ ਆਲੇ ਦੁਆਲੇ ਖੜੇ ਲੋਕ ਜਾਨਾਂ ਬਚਾਉਣ ਲਈ ਭੱਜਦੇ ਨੇ ਤੇ ਕੁਝ ਉਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ। ਪਰ ਟਿੱਪਰ ਵਾਲਾ ਬ੍ਰੇਕ ਲਾਉਣ ਦੀ ਬਜਾਏ ਅੱਗੇ ਗੱਡੀ ਨੂੰ ਘੜੀਸਦਾ ਹੀ ਲੈ ਜਾਂਦਾ ਏ, ਜਿਸ ਤੋਂ ਬਾਅਦ ਹਫੜਾ ਦਫੜੀ ਮੱਚ ਜਾਂਦੀ ਹੈ। ਆਲੇ ਦੁਆਲੇ ਦੇ ਲੋਕ ਇਕੱਠੇ ਹੋ ਜਾਂਦੇ ਨੇ। ਇੱਕ ਵਾਰ ਫਿਰ ਦਿਖਾਉਂਦੇ ਆ ਤੁਹਾਨੂੰ, ਗੱਡੀ ਖੜੀ ਹੈ, ਆਲੇ ਦੁਆਲੇ ਇਸ ਦੇ ਲੋਕ ਖੜੇ ਨੇ, ਇੱਕ ਪਾਸਿਓਂ ਟਿੱਪਰ ਆ ਰਿਹਾ ਏ। ਇਹ ਕਿਸੇ ਢਾਬੇ ਦੀ ਤਸਵੀਰ ਨਜ਼ਰ ਆ ਰਹੀ ਹੈ। ਹੋਰ ਵੀ ਗੱਡੀਆਂ ਕਿਨਾਰੇ ਤੇ ਖੜੀਆਂ ਨੇ। ਇਹ ਗੱਡੀ ਖਰਾਬ ਹੋ ਗਈ ਸੀ, ਇਸ ਦੇ ਆਲੇ ਦੁਆਲੇ ਲੋਕ ਖੜੇ ਨੇ, ਬੋਨਟ ਚੁੱਕਿਆ ਹੋਇਆ ਏ ਤੇ ਗੱਡੀ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇੰਨੇ ਦੇ ਵਿੱਚ ਇੱਕ ਟਿੱਪਰ ਆ ਰਿਹਾ ਤੇ ਟਿੱਪਰ ਵਾਲਾ ਗੱਡੀ ਰੋਕਣ ਦੀ ਬਜਾਏ ਬ੍ਰੇਕ ਲਾਉਣ ਦੀ ਬਜਾਏ ਇਹਨਾਂ ਦੇ ਵਿੱਚ ਟੱਕਰ ਮਾਰਦਾ ਏ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਤੇ ਟਿੱਪਰ ਨੇ ਖੜੀ ਗੱਡੀ ਦੇ ਵਿੱਚ ਟੱਕਰ ਮਾਰੀ ਹੈ ਤੇ ਸੜਕ ਦੇ ਕਿਨਾਰੇ ਇਹ ਗੱਡੀ ਖੜੀ ਸੀ। ਤੇਜ਼ ਰਫ਼ਤਾਰ ਟਿੱਪਰ ਦੇ ਵੱਲੋਂ ਇਹ ਟੱਕਰ ਮਾਰੀ ਗਈ ਹੈ। ਬ੍ਰੇਕ ਲਾਉਣ ਦੀ ਬਜਾਏ ਟਿੱਪਰ ਵਾਲੇ ਨੇ ਗੱਡੀ ਦੇ ਵਿੱਚ ਹੀ ਟੱਕਰ ਮਾਰੀ ਤੇ ਕਈ ਲੋਕਾਂ ਨੂੰ ਲਪੇਟ ਦੇ ਵਿੱਚ ਲੈ ਲਿਆ ਹੈ। ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਸਾਫ਼ ਤੌਰ 'ਤੇ ਦੇਖੀਆਂ ਜਾ ਸਕਦੇ ਨੇ। ਹੁਣ ਇਸ ਦੇ ਵਿੱਚ ਕਈ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਜਾਂ ਤਾਂ ਟਿੱਪਰ ਵਾਲੇ ਨੂੰ ਨੀਂਦ ਆ ਗਈ, ਉਸਨੇ ਧਿਆਨ ਨਹੀਂ ਕੀਤਾ, ਇਹ ਹਾਦਸਾ ਵਾਪਰ ਗਿਆ, ਤੇ ਜਾਂ ਫਿਰ ਟਿੱਪਰ ਦੀ ਬ੍ਰੇਕ ਫੇਲ ਹੋ ਗਈ। ਕਿਸ ਢੰਗ ਦੇ ਨਾਲ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਪੂਨੇ ਸੋਲਾਪੁਰ ਹਾਈਵੇ ਹੈ ਜਿੱਥੇ ਸੜਕ ਦੇ ਕਿਨਾਰੇ ਖੜੀ ਗੱਡੀ ਨੂੰ ਇਸ ਟਿੱਪਰ ਵਾਲੇ ਨੇ ਟੱਕਰ ਮਾਰੀ ਹੈ। ਪੁਣੇ ਸੋਲਾਪੁਰ ਹਾਈਵੇ 'ਤੇ ਇਹ ਹਾਦਸਾ ਵਾਪਰਿਆ ਹੈ।